ਕਰਸ਼ਾ ਨਾ ਆਇਆ ਸੀ ਡੇਰੇ ਤੇ ਰਾਜ ਮੈਨੂੰ ਇੱਕ ਰਾਣਾ ਸਰਫਰਾਜ ਮਿਲ ਗਿਆ ਉਹਨੇ ਆਖਿਆ ਜੀ ਮੇਰਾ ਨਵਾਂ ਮਕਾਨ ਬਣ ਰਿਹਾ ਡੇਰੇ ਦੇ ਨਾਲ ਹੀ ਬਣ ਰਿਹਾ ਫਰਿਆਦ ਦੇ ਅਤੇ ਉਹ ਕਹਿੰਦਾ ਮੇਰਾ ਮਕਾਨ ਜਿਹੜਾ ਨਾ ਜੀ ਇਹ ਵੀ ਦਿਖਾਉਣਾ ਜੀ ਅੱਜ ਵੀਡੀਓ 'ਚ ਮੈਂ ਕਿਹਾ ਚਲੋ ਠੀਕ ਹੈ ਜੀ ਤੁਹਾਡਾ ਮਕਾਨ ਵੀ ਅੱਜ ਦਿਖਾਉਂਦੇ ਹਾਂ ਅਤੇ ਬਣਾਉਣੀ ਡੇਰੇ ਦੀ ਜ਼ਿਆਦਾ ਵੀਡੀਓ ਸੀ ਲੇਕਿਨ ਹੁਣ ਉਹਦੇ ਮਕਾਨ ਜਿਹੜਾ ਬਣ ਰਿਹਾ ਉਹਦੀ ਵੀ ਵਿਖਾਉਣੀ ਪੈ ਗਈ ਮੈਨੂੰ ਕਿਉਂਕਿ ਉਹ ਰਾਹ ਦੇ ਵਿੱਚ ਉਹਨੇ ਖਿਲਾਰ ਕੇ ਮੈਨੂੰ ਦੱਸਿਆ ਮੇਰਾ ਮਕਾਨ ਦੇਖਣਾ ਅਤੇ ਉਹ ਹੁਣ ਵੀਡੀਓ ਜਿਹੜੀ ਉਹਦੇ ਮਕਾਨ ਦੀ ਜਿਹੜੀ ਹੈ ਨਾ ਬਣ ਰਿਹਾ ਪਲਸਤਰ ਹੋ ਰਿਹਾ ਬਾਕੀ ਸਾਰਾ ਬਣ ਗਿਆ ਅਤੇ ਇੱਧਰ ਖੁਰਸ਼ਾਦਾ ਜਿਹੜਾ ਨਾ ਜੀ ਆਹ ਦੇਖੋ ਰੇਹ ਪਾ ਰਿਹਾ ਰੂੜੀ ਜਿਹਨੂੰ ਕਹਿੰਦੇ ਆ ਖੁਰਸ਼ਾਦਾ ਰੇਹ ਪਾ ਰਿਹਾ ਰੂੜੀ ਰੇੜੀ 'ਤੇ ਲਿਆ ਕੇ ਸੁੱਟ ਰਿਹਾ ਇੱਥੇ ਜਮ੍ਹਾਂ ਕਰਦੇ ਹੋ ਅਤੇ ਕਿਹੜੀ ਸ਼ਹਿਰ ਨੂੰ ਪਾਣੀ ਹੈ ਮਕਈ ਨੂੰ ਇਹ ਗਾਚੇ ਨੂੰ ਪਾਣੀ ਦੀ ਰੇਹ ਜਿਹੜੀ ਹੈ ਇਹ ਦੇਸੀ ਰੇਹ ਜਿਹੜੀ ਹੈ ਨਾ ਸਾਰਿਆਂ ਨਾਲੋਂ ਅੱਛੀ ਹੁੰਦੀ ਹੈ ਖਾਦ ਨਾਲੋਂ ਵੀ ਅੱਛੀ ਹੈ ਇਹਦਾ ਜਿਹੜਾ ਆਪਣਾ ਹੀ ਮਜ਼ਾ ਹੈ ਪਹਿਲੇ ਜ਼ਮਾਨੇ 'ਚ ਇਹੀ ਜ਼ਿਆਦਾ ਚੱਲਦੀ ਸੀ ਅਤੇ ਹਰ ਚੀਜ਼ ਦਾ ਮਜ਼ਾ ਵੀ ਹੈ ਸੀ ਕਣਕ ਜਿਹੜੀ ਬੀਜਦੇ ਸੀ ਉਹਦੇ 'ਚ ਵੀ ਇਹੀ ਪੈਂਦੀ ਸੀ ਕਮਾਦ ਲੇਕਿਨ ਉਹਨਾਂ ਚੀਜ਼ਾਂ ਦਾ ਮਜ਼ਾ ਆਪਣਾ ਹੀ ਸੀ ਜਿਹੜੀਆਂ ਹੁਣ ਖਾਦਾਂ ਸਪਰੇਆਂ ਆ ਗਈਆਂ ਕਿਸੇ ਵੀ ਸ਼ਾਇਦ ਹੁਣ ਮਜ਼ਾ ਨਹੀਂ ਰਿਹਾ ਕਿਉਂ ਖੁਸ਼ਾਲ ਬਿਲਕੁਲ ਜੀ ਇਸੇ ਤਰ੍ਹਾਂ ਹੀ ਦੱਸਣਾ ਇੱਧਰ ਮੈਨੂੰ ਥੋੜ੍ਹਾ ਜਿਹਾ ਖੁਰਸ਼ਾਦਾ ਜਿਹੜਾ ਨਾ ਜੀ ਰੇੜੀ ਨੂੰ ਜੋੜ ਰਿਹਾ ਹੁਣ ਅਲਾਰੀ ਸੀ ਅਲਾਰ ਕੇ ਹੁਣ ਉਹਨੂੰ ਟਰੈਕਟਰ ਨਾਲ ਫਿਰ ਜੋੜਨ ਲੱਗਿਆ ਇਹ ਦੱਸ ਮੈਨੂੰ ਇੱਧਰ ਹੋ ਗਏ ਰੂੜੀ ਪੈਂਦੀ ਫਸਲਾਂ ਦੇ ਵਿੱਚ ਅੱਛਾ ਇਹ ਫਸਲ ਨੂੰ ਚੁੱਕਦੀ ਹੈ ਲੈਕਟਾ ਅੱਛਾ ਫਸਲ ਨੂੰ ਚੁੱਕਦੀ ਹੈ ਚੁੱਕਦੀ ਹੈ ਇਹ ਖਾਦਾਂ ਨਾਲੋਂ ਸਪਰੇਆਂ ਨਾਲੋਂ ਇਹ ਚੰਗੀ ਜ਼ਰੂਰੀ ਇਹ ਜ਼ਿਆਦਾ ਯਾਨੀ ਕਿ ਫਾਇਦਾ ਦਿੰਦੀ ਹੈ ਹਾਂ ਲਓ ਜੀ ਪ੍ਰਸ਼ਾਦ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਇਹਦਾ ਆਪਣਾ ਹੀ ਜਿਹੜਾ ਨਾ ਜੀ ਮਜ਼ਾ ਰੂੜੀ ਦਾ ਜਿਹੜੀ ਖਾਦਾਂ ਵਾਲੀ ਉਹਦਾ ਕੋਈ ਨਹੀਂ ਫਾਇਦਾ ਇਹ ਦੇਖੋ ਜੀ ਜਿਹੜਾ ਮਕਾਨ ਉਹਨੇ ਆਖਿਆ ਸਰਫਰਾਜ ਨੇ ਉਹ ਬਣ ਰਿਹਾ ਜੀ ਇਹ ਇਹਨੂੰ ਮੈਂ ਅੰਦਰੋਂ ਜਾ ਕੇ ਹੁਣ ਤੁਹਾਨੂੰ ਦਿਖਾਉਂਦਾ ਇਹਦੀ ਵੀਡੀਓ ਵੀ ਸਾਰੇ ਦਿਖਾਉਂਦਾ ਇਹਦੇ ਇਹਦਾ ਨਕਸ਼ਾ ਦਿਖਾਉਂਦੇ ਬਕਾਇਦਾ ਤੁਹਾਨੂੰ ਅੰਦਰ ਮਿਸਤਰੀ ਵੀ ਲੱਗੇ ਨੇ ਅਤੇ ਇਹ ਰਾਣਾ ਸਰਫਰਾਜ ਬਣਾ ਰਿਹਾ ਜੀ ਉਹ ਰਾਹ 'ਚ ਮੈਨੂੰ ਮਿਲਿਆ ਸੀ ਉਹਨੇ ਦੱਸਿਆ ਸੀ ਕਿ ਜਿਹੜਾ ਜੀ ਅੱਜ ਮੇਰਾ ਮਕਾਨ ਦੇਖੋ ਲਾਜ਼ਮੀ ਦੇਖੋ ਅੱਜ ਮਕਾਨ ਮੈਂ ਕਿਹਾ ਜੀ ਠੀਕ ਆ ਅੱਜ ਤੁਹਾਡਾ ਮਕਾਨ ਵੀ ਵੇਖਦੇ ਔਰ ਵੀਡੀਓ ਵੀ ਬਣਾਉਂਦੇ ਹਾਂ ਇੱਧਰ ਸਾਰਾ ਜਿਹੜਾ ਨਾ ਜੀ ਡੇਰਾ ਹੀ ਹੈ ਇੱਧਰ ਫਸਲਾਂ ਨੇ ਇੱਧਰ ਖੁਰਸ਼ਾਦਾ ਉਹੀ ਟਰੈਕਟਰ ਲੈ ਕੇ ਚੱਲਾ ਜੇ ਨਾਸਰ ਡੋਗਰ ਜਿਹੜਾ ਉਹ ਟਰੈਕਟਰ ਨਾਲ ਰੇੜੀ ਪਾ ਰਿਹਾ ਪਿੱਛੇ ਰੇਹ ਸੁੱਟਤੀ ਇਹਨਾਂ ਲਿਆ ਕੇ ਰੂੜੀ ਜਿਹਨੂੰ ਕਹਿੰਦੇ ਦੇਸੀ ਰੂੜੀ ਮੈਸੀ ਟਰੈਕਟਰ ਲਾਇਆ ਇਹਨਾਂ ਨੇ ਜਿਹੜਾ ਮਕਾਨ ਹੈ ਨਾ ਜੀ ਸਰਫਰਾਜ ਦਾ ਇਹ ਦੇਖੋ ਇਹ ਬਣਿਆ ਬਲਾਕਾਂ ਦਾ ਸਾਰਾ ਇਹ ਅੱਜ ਦਿਖਾਉਂਦੇ ਤੁਹਾਨੂੰ ਅੰਦਰੋਂ ਇਹਦਾ ਪੂਰਾ ਨਕਸ਼ਾ ਦਿਖਾਉਂਦੇ ਅਤੇ ਇਹ ਨਕਸ਼ਾ ਦੇਖ ਕੇ ਤੁਸੀਂ ਮਕਾਨ ਸਾਰਾ ਫਿਰ ਮੈਂ ਦੱਸਣਾ ਜੇ ਇਹ ਫਰਿਆਦ ਦਾ ਜਿਹੜਾ ਡੇਰਾ ਨਾ ਜੀ ਸਾਡਾ ਇਹਦੇ ਸਾਹਮਣੇ ਹੀ ਹੈ ਕੋਠੀ ਬਣੀ ਹੈ ਕੋਠੀ ਬਣਾਈ ਇਹਨੇ ਮਕਾਨ ਨਹੀਂ ਕੋਠੀ ਬਣਾਈ ਹੈ ਲੈਂਟਰ ਸ਼ੈਂਟਰ ਪਾ ਕੇ ਬਕਾਇਦਾ ਇਹਦਾ ਨਕਸ਼ਾ ਬਣਵਾਇਆ ਇਹਨੇ ਅਤੇ ਇਹ ਤੁਹਾਨੂੰ ਦਿਖਾਉਂਦੇ ਅੰਦਰੋਂ ਅਤੇ ਇਹ ਵੇਖ ਕੇ ਫਿਰ ਤੁਸੀਂ ਮੈਨੂੰ ਆਪਣੇ ਲਓ ਜੀ ਹੁਣ ਮੈਂ ਬਿਲਕੁਲ ਮਕਾਨ ਦੇ ਕੋਲ ਆ ਗਿਆ ਜੀ ਅਤੇ ਇਹ ਮਕਾਨ ਦੀ ਛੱਤ ਹੈ ਦੇਖੋ ਹੁਣ ਮੈਂ ਵਿੱਚ ਮਕਾਨ ਦੇ ਵੜ ਰਿਹਾ ਵੜਦੇ ਹੀ ਪਹਿਲੇ ਹੱਥ ਸੱਜੇ ਹੱਥ ਜਿਹੜਾ ਨਾ ਜੀ ਇਹ ਆ ਗਈ ਜੀ ਲੈਟਰੀਨ ਅੰਦਰੋਂ ਲੈਟਰੀਨ ਜੇ ਪਲਸਤਰ ਹੋਣ ਵਾਲੀ ਹੈ ਦੇਖੋ ਉਸ ਤੋਂ ਬਾਅਦ ਜਿਹੜਾ ਨਾ ਜੀ ਇਹ ਮੇਨ ਦਰਵਾਜ਼ਾ ਆ ਗਿਆ ਇਹਦੀ ਹੋ ਗਈ ਜੀ ਆਪਣਾ ਡਰਾਇੰਗ ਰੂਮ ਮਹਿਮਾਨਾਂ ਵਾਸਤੇ ਇਹ ਮਹਿਮਾਨਾਂ ਵਾਸਤੇ ਡਰਾਇੰਗ ਰੂਮ ਇੱਕ ਦਰਵਾਜ਼ਾ ਇੱਧਰ ਆ ਗਿਆ ਜੀ ਡਰਾਇੰਗ ਰੂਮ ਦਾ ਇੱਧਰ ਜਿਹੜਾ ਇਹਨਾਂ ਦਾ ਲਾਨ ਹੈ ਚੁਰਾਸੀ ਲਾਨ ਜਿਹਨੂੰ ਕਹਿੰਦੇ ਕਾ ਇਹਨਾਂ ਲਾ ਰਹੇ ਨੇ ਅਤੇ ਕਾ ਫਿਰ ਹੋਏਗਾ ਫਿਰ ਵੀ ਤੁਹਾਨੂੰ ਦਿਖਾਵਾਂਗੇ ਇਹਦੀ ਵੀਡੀਓ ਇਹ ਦੇਖ ਲਓ ਇਹਦਾ ਨਕਸ਼ਾ ਜਿਹੜਾ
ਮੈਂ ਸੈਂਡ ਕਰਦਾ ਇਹਦੇ ਨਾਲ ਗੱਲ ਕਰਾ ਦੀ ਪਵਾਦਗੜ ਦੀ ਡੋਨ ਇਹ ਰਾਣਾ ਸਰਫਰਾਜ ਹੈ ਜੀ ਜਿਹੜਾ ਬਣਾ ਰਿਹਾ ਮਕਾਨ ਇਹ ਨਕਸ਼ਾ ਇਸ ਵਾਸਤੇ ਦਿਖਾ ਰਹੇ ਹਾਂ ਤੇ ਇਹਨੂੰ ਕਮੈਂਟਸ ਦੇ ਵਿੱਚ ਜਿਹੜਾ ਨਾ ਜੀ ਮੈਨੂੰ ਦੱਸਣਾ ਜੇ ਅੱਗੇ ਵੀ ਦਿਖਾਓ ਵੀ ਇਹ ਨਕਸ਼ਾ ਤੁਹਾਨੂੰ ਕੈਸਾ ਲੱਗਿਆ ਕਿਆ ਆ ਗਿਆ ਜੀ ਇਹਨਾਂ ਦਾ ਇਹ ਕਿਹੜੀ ਸ਼ਾਇ ਜੀ ਉਰਾ ਆ ਜਾਓ ਵਾਸ਼ਿੰਗ ਮਸ਼ੀਨ ਵਗੈਰਾ ਰੱਖ ਕੇ ਕੱਪੜੇ ਧੁਆਈ ਧੁਈ ਕਰ ਲਾਂਡਰੀ ਲਾਂਡਰੀ ਹੋ ਗਈ ਨਾ ਜੀ ਲਾਂਡਰੀ ਇਹ ਲਾਂਡਰੀ ਹੋ ਗਈ ਜੀ ਵਾਸ਼ਿੰਗ ਮਸ਼ੀਨ ਇੱਥੇ ਕੱਪੜੇ ਛੱਪੜੇ ਧੋਣ ਵਾਸਤੇ ਇਹਦੇ ਨਾਲ ਹੋ ਗਿਆ ਵਾਸ਼ਰੂਮ ਆ ਗਿਆ ਜੀ ਇਹ ਵਾਸ਼ਰੂਮ ਆ ਗਿਆ ਜੀ ਹਜੇ ਚੱਲ ਰਿਹਾ ਕੰਮ ਪਲਸਤਰ ਹੋ ਰਿਹਾ ਇੱਕ ਇਹ ਬੈਡਰੂਮ ਆ ਗਿਆ ਜੀ ਇੱਥੇ ਇਹਨਾਂ ਦਾ ਇੱਧਰ ਗੇਟ ਇੱਧਰ ਵੀ ਦੱਸਿਆ ਇਹਨਾਂ ਦਾ अगो आ गए जी ए दरवाजा अगे फिर टीवी लान आ गए जी ए टीवी लान आ गए जी ए एक ਬੈਡਰੂਮ ਹੈ ਆ ਗਿਆ ਜੀ ਨਾਲ ਤੇ ਨਾਲ ਕਿਚਨ ਅਟੈਚ ਬਾਥ ਅਟੈਚ ਬਾਥ ਇੱਕ ਅਲਮਾਰੀ ਇੱਥੇ ਬਣੇਗੀ ਕੱਪੜਿਆਂ ਫਿਰ ਆ ਲਾਂਡਰੀ ਆ ਗਈ ਜੀ ਜੀ ਇਹ ਵੀ ਸਮਝ ਲਓ ਬੱਚਿਆਂ ਦੇ ਜੂਸ ਦਾ ਤੇ ਸਟੋਰ ਟੈਪ ਬਣ ਗਿਆ ਹਾਂਜੀ ਅਲਮਾਰੀ ਸਮਝ ਲਓ ਇਹ ਕਿਚਨ ਆ ਗਿਆ ਜੀ ਇਹ ਜਿਹੜਾ ਇਹ ਕਿਚਨ ਆ ਗਿਆ ਸਮਾਨ ਫਾਲਤੂ ਕਬਾੜ ਸ਼ਬਾੜ ਰੱਖਣ ਵਾਸਤੇ ਜਿਹੜਾ ਹੁੰਦਾ ਇਹ ਬੈਠਕ ਹੈ ਜੀ ਬੈਡਰੂਮ ਬੈਠਕ ਇਹ ਡਰਾਇੰਗ ਰੂਮ ਹੋ ਗਿਆ ਜੀ ਇਹਨਾਂ ਬੈਠਕ ਜਿਹਨੂੰ ਪੰਜਾਬੀ ਚ ਬੋਲਦੇ ਨੇ ਇਹ ਡਰਾਇੰਗ ਰੂਮ ਹੋ ਗਿਆ ਇਹਨੂੰ ਵਿੰਡੋ ਲੱਗੀ ਇੱਧਰ ਵੀ ਬਾਜ਼ਾਰ ਹੈ ਇਹ ਮੇਨ ਗੇਟ ਹੋ ਗਿਆ ਇਹਨਾਂ ਦਾ ਜੀ ਇੱਥੇ ਗੇਟ ਲੱਗੇਗਾ ਮੇਨ ਐਂਟਰ ਹੋ ਗਿਆ ਇਹਨਾਂ ਦਾ ਦੇਖ ਲਓ ਮੇਨ ਮਿਸਤਰੀ ਲੱਗੇ ਨੇ ਜੀ ਪਲਸਤਰ ਕਰ ਰਹੇ ਨੇ ਇਹ ਸੀੜੀ ਜਾ ਰਹੇ ਉੱਤੇ ਬਾਹਰੋਂ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਲੋ ਜੀ ਇਹ ਜਿਹੜਾ ਨਾ ਜੀ ਇਹਨਾਂ ਦਾ ਕੰਮ ਹੋ ਰਿਹਾ ਮਿਸਤਰੀ ਲੱਗੇ ਨੇ ਉੱਤੇ ਟਾਇਲ ਲਾ ਰਹੇ ਨੇ ਇਹ ਪਲਸਤਰ ਕਰ ਰਹੇ ਨੇ ਥੱਲੇ ਇਹ ਵੇਖ ਲੋ ਇਹ ਫਰੰਟ ਹੈ ਜੀ ਇਹਦਾ ਇੱਥੇ ਟਾਇਲ ਲੱਗੇਗੀ ਸਾਰੀ ਜੀ ਇਹ ਬਾਹਰ ਰਫ ਕੀਤਾ ਇਹਨਾਂ ਨੇ ਇਹ ਟਾਇਲ ਲੱਗੇਗੀ ਹਾਂ ਉੱਤੇ ਉਹ ਜਿਹੜੇ ਆ ਨਾ ਜੀ ਸ਼ੋਅ ਵਾਸਤੇ ਟਾਇਲ ਲੱਗ ਰਹੀ ਹੈ ਮਿਸਤਰੀ ਲਾ ਰਹੇ ਨੇ ਇਹ ਦੇਖੋ ਇਹ ਚਾਰ ਦੀਵਾਰੀ ਹੋ ਗਈ ਜੀ ਨਾਲ ਇਹ ਡੇਰਾ ਜੀ ਅੱਗੇ ਜਿਹਨਾਂ ਦੀ ਇਹ ਜ਼ਮੀਨ ਜਿਹਨਾਂ ਤੋਂ ਮੁੱਲ ਲਈ ਇਹਨਾਂ ਨੇ ਇਹ ਉਹਨਾਂ ਦਾ ਡੇਰਾ ਅਰਸ਼ਦ ਰਾਈ ਉਹਨਾਂ ਦਾ ਇਹ ਜਿਹੜਾ ਨਾ ਜੀ ਸਾਡਾ ਰੋਡ ਚੱਲ ਰਿਹਾ ਪੱਕਾ ਇਹ ਫਰਿਆਦ ਦਾ ਡੇਰਾ ਸਾਹਮਣੇ ਇਹਦੇ ਸਾਹਮਣੇ ਮਕਾਨ ਹੈ ਮੈਂ ਤੁਹਾਨੂੰ ਅੱਗੇ ਵੀ ਦਿਖਾਇਆ ਇਹ ਵੇਖੋ ਇਹਦੇ ਸਾਹਮਣੇ ਮਕਾਨ ਹੈ ਮਕਾਨ ਨਹੀਂ ਕੋਠੀ ਮਕਾਨ ਨਹੀਂ ਕਹਿਣਾ ਇਹਨੂੰ ਕੋਠੀ ਹੈ ਬਕਾਇਦਾ ਨਕਸ਼ੇ ਨਾਲ ਬਣੀ ਹੈ ਮਕਾਨ ਤਾਂ ਇੱਕ ਸਾਦਾ ਹੁੰਦਾ ਨਾ ਦੋ ਕਮਰੇ ਬਰਾਂਡਾ ਉਹਨੂੰ ਮਕਾਨ ਕਹਿੰਦੇ ਨੇ ਦਾਇਰਾ ਦਿਖਾਇਆ ਇਹ ਦੇਖ ਲਓ ਸਾਰਾ ਜਿਹੜਾ ਨਾ ਜੀ ਇਹ ਸੜਕ ਚੱਲਦੀ ਕੋਲੋਂ ਦੀ ਇਹ ਸੜਕ ਬਣ ਵੀ ਰਹੀ ਹੈ ਹੁਣ ਨਵੀਂ ਲਓ ਜੀ ਇੱਥੇ ਹੁਣ ਅਸੀਂ ਆਪਣੀ ਵੀਡੀਓ ਜਿਹੜੀ ਬੰਦ ਕਰਦੇ ਹਾਂ ਇਹਨੂੰ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਔਰ ਇਸ ਕੋਠੀ ਦਾ ਜਿਹੜਾ ਨਾ ਜੀ ਮੈਨੂੰ ਦੱਸਣਾ ਤੁਸੀਂ ਰਾਣੇ ਸਰਫਰਾਜ ਨੇ ਸਪੈਸ਼ਲ ਆਖਿਆ ਸੀ ਮੈਨੂੰ ਕਿ ਮੇਰਾ ਘਰ ਜਿਹੜਾ ਨਾ ਦੇਖਣਾ ਅਤੇ ਵੀਡੀਓ ਵੀ ਜਿਹੜੀ ਹੈ ਨਾ ਮੈਂ ਆਹ ਬਣਾ ਰਿਹਾ ਯੂਟਿਊਬ 'ਤੇ ਚਾੜਨੀ ਆ ਇਹ ਕਮੈਂਟਸ ਦੇ ਵਿੱਚ ਮੈਨੂੰ ਦੱਸਣਾ ਕਿ ਨਕਸ਼ਾ ਕੈਸਾ ਹੈਂਜੀ ਇਹ ਸਰਫਰਾਜ ਦਾ ਛੋਟਾ ਭਾਈ ਖੜ੍ਹਾ ਇਹਨੇ ਸਾਰਾ ਮੈਨੂੰ ਸਮਝਾਇਆ ਕੋਠੀ ਦੇ ਮੁਤਲਕ ਠੀਕ ਹੈ ਨਾ ਜੀ
ਇਹ ਤੁਸੀਂ ਆਪਣੇ ਕਮੈਂਟਸ 'ਚ ਮੈਨੂੰ ਸਾਰੀਆਂ ਚੀਜ਼ਾਂ ਦੱਸਣੀਆਂ ਜੇ। ਲਓ ਜੀ ਇੱਥੇ ਹੁਣ ਅਸੀਂ ਆਪਣੀ ਵੀਡੀਓ ਬੰਦ ਕਰਦੇ ਹਾਂ।